ਜਿੱਥੇ ਸਿੱਧੂ ਮੂਸੇਵਾਲਾ ਬਾਈ ਦੇ ਲਈ ਲੋਕਾਂ ਨੇ ਕਾਫੀ ਟ੍ਰਿਬਿਊਟ ਸੌਂਗ ਰਿਲੀਜ਼ ਕੀਤੇ, ਉੱਥੇ ਇੱਕ ਇੱਦਾਂ ਦਾ ਸੌਂਗ ਵੀ ਆਇਆ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਬਾਈ ਦੇ ਲਈ ਤਾਂ ਗੱਲ ਹੋਈ ਹੈ, ਇਸ ਦੇ ਨਾਲ ਨਾਲ ਪੰਜਾਬ ਦੇ ਹੋਰ ਵੀ ਪੱਖ ਰੱਖੇ ਗਏ ਸੀ। ਤੇ ਇਸ ਗਾਣੇ ਦੇ ਜਿਹੜੇ ਲਿਰਿਕਸ ਨੇ ਉਹ ਤੁਸੀਂ ਧਿਆਨ ਨਾਲ ਸਮਝੋਗੇ ਤਾਂ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਣਗੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਗਾਣੇ ਨੂੰ ਸਿਰਫ 37,000 ਹੀ ਵਿਊਜ਼ ਹੋਏ ਨੇ ਯੂਟਿਊਬ ਤੇ, ਤੇ ਆਪਾਂ ਸਾਰੇ ਸਿੰਗਰਾਂ ਨੂੰ ਤੇ ਰਾਈਟਰਾਂ ਨੂੰ ਦੋਸ਼ ਦਿੰਦੇ ਰਹਿੰਦੇ ਕਿ ਯਾਰ ਚੰਗੇ ਗਾਣੇ ਨਹੀਂ ਆਉਂਦੇ, ਕੁੜੀਆਂ ਤੇ ਨਸ਼ਿਆਂ ਤੇ ਬਾਕੀ ਸਾਰੀਆਂ ਚੀਜ਼ਾਂ ਤੇ ਐਂਟਰਟੇਨਮੈਂਟ ਲਈ ਗਾਣੇ ਬਣਦੇ ਰਹਿੰਦੇ ਨੇ। ਜੇਕਰ ਕੋਈ ਰਾਈਟਰ ਇਦਾਂ ਦੀ ਚੀਜ਼ ਲਿਖਣ ਦੀ ਕੋਸ਼ਿਸ਼ ਕਰਦਾ ਜਾਂ ਫਿਰ ਕੋਈ ਸਿੰਗਰ ਗਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਇੰਨਾ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ। ਸਿਰਫ ਇਹੀ ਸੌਂਗ ਨਹੀਂ, ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਸੌਂਗ ਨੇ ਜਿਹੜੇ ਬਹੁਤ ਵਧੀਆ ਲੈਵਲ ਤੇ ਹੋਣੇ ਸੀ, ਵੱਡੀ ਆਡੀਅੰਸ ਤੱਕ ਪਹੁੰਚਣੇ ਸੀ, ਤੇ ਲੋਕਾਂ ਨੇ ਇਹਨਾਂ ਦੇ ਵਿੱਚੋਂ ਬਹੁਤ ਕੁਝ ਸਿੱਖਣਾ ਸੀ ਤੇ ਸਮਝਣਾ ਸੀ ਪਰ ਉਹ ਇੰਨੇ ਲੈਵਲ ਤੇ ਨਹੀਂ ਪਹੁੰਚ ਪਾਏ। ਸੋ ਆਓ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਕਿ ਇਹ ਕਿਹੜਾ ਗਾਣਾ ਹੈ ਤੇ ਇਸ ਗਾਣੇ ਦੇ ਵਿੱਚ ਕੀ ਕੁਝ ਲਿਖਿਆ ਹੋਇਆ, ਕਿਹੜੇ ਸਿੰਗਰ ਨੇ ਇਹ ਵਾਲਾ ਗਾਣਾ ਗਾਇਆ। ਇਸ ਗਾਣੇ ਦਾ ਨਾਮ ਹੈ ਫੋਕ ਬਾਰਸ। ਇਸ ਗਾਣੇ ਨੂੰ ਗਾਇਆ ਸਿਮਰ ਗਿੱਲ ਬਾਈ ਨੇ ਤੇ ਇਹਨਾਂ ਦਾ ਜਿਹੜਾ ਰੋਟੀ ਗਾਣਾ ਸੀ ਉਹ ਬਹੁਤ ਜ਼ਿਆਦਾ ਸਲਾਹਿਆ ਗਿਆ ਸੀ ਲੋਕਾਂ ਦੇ ਵੱਲੋਂ ਤੇ ਅੱਜ ਵੀ ਲੋਕ ਇਸ ਗਾਣੇ ਨੂੰ ਸੁਣਦੇ ਨੇ। ਇਹ ਭੁੱਖ ਵੀ ਕੈਸੀ ਚੀਜ਼ ਰੱਬਾ, ਤੇ ਜਿਨ੍ਹਾਂ ਨੇ ਰੋਟੀ ਗਾਣਾ ਲਿਖਿਆ ਸੀ ਉਸੇ ਰਾਈਟਰ ਨੇ ਹੀ ਇਹ ਗਾਣਾ ਲਿਖਿਆ ਫੋਕ ਬਾਰਸ, ਤੇ ਰਾਈਟਰ ਦਾ ਨਾਮ ਤੁਸੀਂ ਜਾਣਦੇ ਹੀ ਹੋ, ਆਕਾਸ਼ ਬੱਲ ਸਠਿਆਲਾ। ਆਪਾਂ ਲਿਰਿਕਸ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਪਰ ਮੈਂ ਇੱਕ ਓਵਰਆਲ ਫੋਰਮੈਟ ਦੱਸ ਦਿੰਦਾ ਇਸ ਪੂਰੇ ਗਾਣੇ ਦੇ ਲਿਰਿਕਸ ਦੇ ਬਾਰੇ। ਦੇਖੋ, ਇਸ ਗਾਣੇ ਦੇ ਜਿੰਨੇ ਵੀ ਪਾਰਟ ਨੇ, ਜਿੰਨੇ ਵੀ ਪੈਰੇ ਨੇ, ਉਹਨਾਂ ਦੇ ਵਿੱਚੋਂ ਹਰ ਪੈਰੇ ਦੀ ਇੱਕ ਆਪਣੀ ਖਾਸੀਅਤ ਹੈ, ਹਰ ਪੈਰੇ ਦੇ ਵਿੱਚ ਇੱਕ ਮੁੱਦਾ ਚੱਕਿਆ ਹੋਇਆ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਪੂਰੇ ਗਾਣੇ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਪੱਖ ਦੇਖਣ ਨੂੰ ਮਿਲ ਜਾਣਗੇ ਆਪਣੇ ਪੰਜਾਬ ਦੇ ਰਿਲੇਟਡ, ਤੇ ਆਓ ਆਪਾਂ ਇੱਕ ਇੱਕ ਕਰਕੇ ਇਸ ਗਾਣੇ ਦੇ ਲਿਰਿਕਸ ਤੇ ਗੌਰ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਇਹ ਵਾਲੀ ਲਾਈਨ ਸੁਣੋ, ਇੱਥੇ ਬਾਈ ਨੇ ਉਹਨਾਂ ਕੁੜੀਆਂ ਦੀ ਗੱਲ ਕੀਤੀ ਹੈ ਜਿਹੜੀਆਂ ਕੰਟੈਂਟ ਕ੍ਰੀਏਸ਼ਨ ਦੇ ਨਾਮ ਤੇ ਰੀਲਸ ਬਣਾਉਂਦੀਆਂ ਨੇ। ਉਹਨਾਂ ਰੀਲਸ ਦੇ ਵਿੱਚ ਹੁੰਦਾ ਕੁਝ ਨਹੀਂ, ਛੋਟੇ ਕੱਪੜੇ ਪਾ ਕੇ ਵਿਊਜ਼ ਤੇ ਇੰਗੇਜਮੈਂਟ ਲੈਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਹੈ। ਦੇਖੋ, ਜਿਹੜੀਆਂ ਕੁੜੀਆਂ ਇਦਾਂ ਦੀਆਂ ਗਲਤ ਰੀਲਾਂ ਪਾਉਂਦੀਆਂ ਨੇ ਇੰਸਟਾਗ੍ਰਾਮ ਤੇ, ਇਹਨਾਂ ਨੂੰ ਇੰਸਟਾਗ੍ਰਾਮ ਦੇ ਵੱਲੋਂ ਕਾਫੀ ਪੇਮੈਂਟ ਮਿਲਦੀ ਹੈ ਕਿਉਂਕਿ ਇਸ ਚੀਜ਼ ਦੇ ਵਿੱਚ ਇੰਸਟਾਗ੍ਰਾਮ ਨੂੰ ਖੁਦ ਨੂੰ ਫਾਇਦਾ ਹੁੰਦਾ ਕਿਉਂਕਿ ਕਿਸੇ ਦੇ ਸਾਹਮਣੇ ਇਦਾਂ ਦੀ ਇੱਕ ਵੀ ਰੀਲ ਆ ਗਈ ਤਾਂ ਉਹ ਫਿਰ ਇਸ ਪ੍ਰੋਫਾਈਲ ਤੇ ਜਾ ਕੇ ਸਾਰੀਆਂ ਰੀਲਾਂ ਦੇਖਦਾ ਹੈ। ਇਸ ਚੀਜ਼ ਦੇ ਨਾਲ ਇੰਸਟਾਗ੍ਰਾਮ ਨੂੰ ਇੰਗੇਜਮੈਂਟ ਮਿਲਦੀ ਹੈ, ਜਿਹੜੀ ਇੰਸਟਾਗ੍ਰਾਮ ਦੀ ਆਡੀਅੰਸ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਐਕਟਿਵ ਰਹਿੰਦੀ ਹੈ ਇਸ ਪਲੇਟਫਾਰਮ ਤੇ। ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਲਿਮਿਟ ਕ੍ਰੋਸ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਦੀ, ਸੋਸ਼ਲ ਮੀਡੀਆ ਤੇ ਕਾਫੀ ਫੋਟੋਜ਼ ਵਾਇਰਲ ਹੋ ਜਾਂਦੇ ਨੇ ਕੁੜੀਆਂ ਦੇ, ਇਦਾਂ ਦੇ ਬਲੈਕਮੇਲਿੰਗ, ਫਰੋਡ ਤੇ ਸਕੈਮ ਦੇ ਕੇਸਿਸ ਆਪਾਂ ਨੂੰ ਕਾਫੀ ਸਾਰੇ ਦੇਖਣ ਨੂੰ ਮਿਲਦੇ ਨੇ। ਫਿਰ ਬਾਈ ਨੇ ਇਹ ਵਾਲੀ ਖਬਰ ਚਲਾਈ ਹੈ ਆਪਣੇ ਗਾਣੇ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਪੋਜ ਕਰਕੇ ਪੜ ਸਕਦੇ ਹੋ, ਤੇ ਇੱਥੇ ਸਿਮਰ ਬਾਈ ਨੇ ਬੋਲਿਆ ਕਿ ਧੀ ਮਾਰ ਕੇ ਮੋਨੋ ਪੀ ਗਿਆ ਕਰ ਗਿਆ ਪਿਓ ਦਲੇਰੀ। ਇਹ ਤਾਂ ਸਿਰਫ ਇੱਕ ਖਬਰ ਹੈ ਤੇ ਇਦਾਂ ਦੀਆਂ ਹਜ਼ਾਰਾਂ ਖਬਰਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਨਿਊਜ਼ ਪੇਪਰਸ ਦੇ ਵਿੱਚ ਜਾਂ ਟੀਵੀ ਤੇ ਦੇਖਣ ਨੂੰ ਮਿਲ ਜਾਣਗੀਆਂ। ਤੇ ਮੈਂ ਪਹਿਲਾਂ ਹੀ ਦੱਸਿਆ ਕਿ ਆਕਾਸ਼ ਬੱਲ ਬਾਈ ਨੇ ਲਿਰਿਕਸ ਵੀ ਬਹੁਤ ਘੈਂਟ ਲਿਖੇ ਨੇ। ਉਹਨਾਂ ਨੇ ਇਸ ਲਾਈਨ ਦੇ ਵਿੱਚ ਲਿਖਿਆ ਕਿ ਬੱਚਿਆਂ ਚਿੱਕੜ ਕੀਤੇ ਸੋਹਣਿਆ ਤਿਲਕਦੇ ਫਿਰਦੇ ਮਾਪੇ। ਇਹ ਗੱਲ ਸਿਰਫ ਇੱਕ ਲਾਈਨ ਦੇ ਵਿੱਚ ਹੀ ਨਹੀਂ ਖਤਮ ਹੁੰਦੀ, ਇਸ ਗੱਲ ਦਾ ਮਤਲਬ ਬਹੁਤ ਡੀਪ ਹੈ। ਗਾਣੇ ਦੇ ਅਗਲੇ ਪਾਰਟ ਦੇ ਵਿੱਚ ਉਹਨਾਂ ਲੋਕਾਂ ਦੀ, ਉਹਨਾਂ ਮੁੰਡਿਆਂ ਦੀ ਗੱਲ ਕੀਤੀ ਗਈ ਹੈ ਜਿਹੜੇ ਕਿਸੇ ਨਾ ਕਿਸੇ ਕਾਰਨ ਗਲਤ ਸੰਗਤ ਦੇ ਵਿੱਚ ਚਲੇ ਜਾਂਦੇ ਨੇ, ਉਹ ਬਦਮਾਸ਼ੀ ਵਗੈਰਾ ਸ਼ੁਰੂ ਕਰ ਦਿੰਦੇ ਨੇ। ਪਰ ਤੁਸੀਂ ਜਾਣਦੇ ਹੋ ਕਿ ਯਾਰ ਇਹ ਇਦਾਂ ਦੀ ਥਾਂ ਹੈ ਜਿੱਥੋਂ ਚਾਹ ਕੇ ਵੀ ਬੰਦਾ ਵਾਪਿਸ ਨਹੀਂ ਆ ਸਕਦਾ। ਇਸ ਗਾਣੇ 'ਚ ਇੱਕ ਸਟੋਰੀ ਟੈਲਿੰਗ ਦੇ ਵੇ ਦੇ ਨਾਲ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਮੁੰਡੇ ਨੇ ਆਪਣੀ ਪਿਸਟਲ ਸੁੱਟ ਕੇ ਸਹੀ ਰਾਹ ਤੇ ਪੈ ਗਿਆ ਪਰ ਕੁਝ ਸਾਲਾਂ ਬਾਅਦ ਉਹਦੇ ਦੋਸਤਾਂ ਨੇ ਉਹਨੂੰ ਮਰਵਾਤਾ। ਜਦੋਂ ਬੰਦਾ ਸਾਰਾ ਕੁਝ ਛੱਡ ਜਾਂਦਾ, ਸਾਰੀ ਬਦਮਾਸ਼ੀ ਛੱਡ ਜਾਂਦਾ, ਸਹੀ ਰਾਹ ਤੇ ਆਉਣਾ ਚਾਹੁੰਦਾ, ਉਹਦੇ ਦੁਸ਼ਮਣ ਤਾਂ ਸੇਮ ਹੀ ਰਹਿੰਦੇ ਨੇ ਜਿਹੜੇ ਉਸ ਫੀਲਡ ਦੇ ਵਿੱਚ ਬਣੇ ਸੀ। ਦੂਜਾ ਨੰਬਰ, ਉਹ ਸਾਰਾ ਕੁਝ ਛੱਡ ਕੇ ਉਸ ਟਾਈਮ ਨਿਹੱਥਾ ਹੁੰਦਾ ਤੇ ਨਿਹੱਥੇ ਤੇ ਵਾਰ ਕਰਦੇ ਨੇ ਇਹ ਲੋਕ, ਤੇ ਇਹ ਚੀਜ਼ ਇਸ ਗਾਣੇ ਦੀ ਵੀਡੀਓ ਦੇ ਵਿੱਚ ਵੀ ਦਿਖਾਈ ਗਈ ਹੈ, ਗਾਣੇ ਦੇ ਲਿਰਿਕਸ ਦੇ ਵਿੱਚ ਵੀ ਸਾਫ਼ ਸਾਫ਼ ਦੱਸਿਆ ਗਿਆ। ਸੋ ਇਹਦੋਂ ਬਾਅਦ ਗੱਲ ਆ ਜਾਂਦੀ ਹੈ ਆਪਣੇ ਪੰਜਾਬ ਦੀ ਕਿਸਾਨੀ ਧਰਨੇ ਦੀ, ਤੇ ਜਿਹੜੇ ਲੋਕ ਅੱਤਵਾਦੀ ਕਹਿੰਦੇ ਨੇ ਪੰਜਾਬੀਆਂ ਨੂੰ, ਉਹਨਾਂ ਦੀ ਗੱਲ ਆ ਜਾਂਦੀ ਹੈ। ਇਹਦੇ ਵਿੱਚ ਬਾਈ ਨੇ ਕਿਹਾ ਕਿ ਯਾਰ ਪੰਜਾਬੀ ਆਪਣੇ ਹੱਸ ਹੱਸ ਕੇ ਗੋਲੀਆਂ ਮੂਹਰੇ ਹੁੰਦੇ ਨੇ ਬਾਰਡਰ ਤੇ, ਜਦੋਂ ਉਹ ਆਪਣਾ ਹੱਕ ਮੰਗਦੇ ਨੇ, ਆਪਣੀ ਕਿਸਾਨੀ ਦੇ ਬਾਰੇ ਗੱਲ ਕਰਦੇ ਨੇ, ਖੇਤੀ ਦੀ ਗੱਲ ਕਰਦੇ ਨੇ, ਉਦੋਂ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ।
ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਨਵੀਆਂ ਗੱਲਾਂ ਨਹੀਂ ਕਰ ਰਿਹਾ ਮੈਂ, ਤੇ ਨਾ ਹੀ ਇਸ ਗਾਣੇ ਦੇ ਵਿੱਚ ਕੁਝ ਨਵੀਆਂ ਗੱਲਾਂ ਲਿਖੀਆਂ ਹੋਈਆਂ ਨੇ। ਬਸ ਗੱਲ ਇੰਨੀ ਹੈ ਕਿ ਕੁਝ ਲੋਕ ਇਹਨਾਂ ਚੀਜ਼ਾਂ ਨੂੰ ਬੋਲ ਦਿੰਦੇ ਨੇ ਖੁੱਲ ਕੇ, ਕੁਝ ਲੋਕ ਬੋਲਣਾ ਨਹੀਂ ਚਾਹੁੰਦੇ ਇਹ ਸਾਰਾ ਕੁਝ ਜਾਣਦੇ ਹੋਏ ਵੀ। ਪਰ ਜੇਕਰ ਕੋਈ ਬੰਦਾ ਸੱਚੀਆਂ ਗੱਲਾਂ ਕਰਦਾ ਆਪਣੇ ਗਾਣੇ ਦੇ ਵਿੱਚ, ਉਹਨੂੰ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ, ਜ਼ਰੂਰ ਐਪਰੀਸ਼ੀਏਟ ਕਰਨਾ ਚਾਹੀਦਾ। ਫਿਰ ਗਾਣੇ ਦੇ ਲਾਸਟ ਪੈਰੇ ਦੇ ਵਿੱਚ ਗੱਲ ਆਉਂਦੀ ਹੈ ਸਿੱਧੂ ਮੂਸੇਵਾਲਾ ਬਾਈ ਦੀ। ਇਹਦੇ ਵਿੱਚ ਬਾਈ ਨੇ ਇਹ ਕਿਹਾ ਕਿ ਮਰਿਆਂ ਬਾਅਦ ਬੁੱਤਾਂ ਨੂੰ ਜੱਫੀਆਂ। ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ, ਸਿੱਧੂ ਬਾਈ ਦੇ ਨਾਲ ਕੀ ਕੁਝ ਹੋਇਆ ਸੀ, ਉਹਨਾਂ ਦੇ ਜਾਣ ਤੋਂ ਬਾਅਦ ਕੀ ਕੁਝ ਹੋਇਆ, ਲੋਕ ਕਿੱਦਾਂ ਚੇਂਜ ਹੋਏ ਨੇ, ਸਿੱਧੂ ਬਾਈ ਦੇ ਜਾਣ ਤੋਂ ਬਾਅਦ ਕਿੱਦਾਂ ਲੋਕ ਸਿੱਧੂ ਬਾਈ ਨੂੰ ਚੰਗਾ ਕਹਿਣ ਲੱਗ ਗਏ ਜਿਹੜੇ ਲੋਕ ਪਹਿਲਾਂ ਮਾੜਾ ਕਹਿੰਦੇ ਹੁੰਦੇ ਸੀ। ਤੋ ਇਹ ਕੁਝ ਲਿਰਿਕਸ ਸੀ ਇਸ ਗਾਣੇ ਦੇ ਜਿਹੜੇ ਆਕਾਸ਼ ਬਾਲ ਸਠਿਆਲਾ ਬਾਈ ਨੇ ਲਿਖੇ ਨੇ ਇਸ ਗਾਣੇ ਦੇ ਵਿੱਚ। ਸਿਮਰ ਗਿੱਲ ਬਾਈ ਨੇ ਗਾਏ ਨੇ, ਤੁਸੀਂ ਇਹ ਗਾਣਾ ਸਿਮਰ ਗਿੱਲ ਬਾਈ ਦੇ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਯੂਟਿਊਬ ਤੇ। ਤੋ ਇਸ ਵੀਡੀਓ ਦੇ ਵਿੱਚ ਇੰਨੇ ਗਾਣੇ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜੂਗਾ, ਤੇ ਤੁਸੀਂ ਯੂਟਿਊਬ ਤੇ ਜਾ ਕੇ ਵੀ ਸਿਮਰ ਗਿੱਲ ਬਾਈ ਦਾ ਇੱਕ ਗਾਣਾ ਸੁਣ ਸਕਦੇ ਹੋ ਜਿਹਦਾ ਨਾਮ ਹੈ ਫੋਕ ਬਾਰਸ। ਸਿਮਰ ਗਿੱਲ ਬਾਈ ਦੇ ਹੋਰ ਵੀ ਕਾਫੀ ਘੈਂਟ ਘੈਂਟ ਪ੍ਰੋਜੈਕਟ ਆਉਣ ਵਾਲੇ ਨੇ, ਉਮੀਦ ਕਰਦੇ ਹਾਂ ਕਿ ਤੁਸੀਂ ਉਹਨੂੰ ਵੀ ਪਸੰਦ ਕਰੋਗੇ। ਬਾਕੀ ਜਾਂਦੇ ਜਾਂਦੇ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਕੇ ਜਾਇਓ।